ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਪ੍ਰਸ਼ੰਸਕ ਰੋਜ਼ਾਨਾ ਹੀ ਮੂਸਾ ਪਿੰਡ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲਣ ਦੇ ਲਈ ਪਹੁੰਚਦੇ ਹਨ ਅਤੇ ਸਿੱਧੂ ਦੀ ਹਵੇਲੀ ਦੇਖ ਕੇ ਉਸ ਦੇ ਵਰਤੇ ਵਹੀਕਲ ਦੇਖ ਕੇ ਕਈ ਪ੍ਰਸ਼ੰਸਕ ਤਾਂ ਭੁੱਬਾ ਮਾਰ ਮਾਰ ਕੇ ਰੋਣ ਲੱਗਦੇ ਹਨ। ਸਿੱਧੂ ਨੂੰ ਵਾਪਸ ਆਉਣ ਦੇ ਲਈ ਪੁਕਾਰਦੇ ਹਨ। ਸਿੱਧੂ ਮੂਸੇਵਾਲਾ ਦੀ ਹਵੇਲੀ ਅਜਿਹੀਆਂ ਹੀ ਦੋ ਸਕੀਆਂ ਭੈਣਾਂ ਆਸਟ੍ਰੀਆ ਅਤੇ ਕੈਨੇਡਾ ਦੇਸ਼ ਤੋਂ ਪਹੁੰਚੀਆਂ ਹਨ ਅਤੇ ਹਵੇਲੀ ਵਿੱਚ ਉੱਚੀ ਉੱਚੀ ਭੁੱਬਾ ਮਾਰ ਕੇ ਰੋਣ ਲੱਗੀਆਂ ਅਤੇ ਸਰਵਣ ਪੁੱਤ ਵਾਪਸ ਆ ਜਾ ਕਹਿ ਕੇ ਕੁਰਲਾਉਣ ਲੱਗੀਆਂ। ਜਦੋਂ ਉਹ ਵਿਦੇਸ਼ ਤੋਂ ਇੰਡੀਆ ਲਈ ਆਪਣੇ ਇੱਕ ਜ਼ਰੂਰੀ ਕੰਮ ਦੇ ਲਈ ਰਵਾਨਾ ਹੋਈਆਂ ਸਨ ਤਾਂ ਸਭ ਤੋਂ ਪਹਿਲਾਂ ਮਨ ਵਿੱਚ ਤਾਰ ਲਿਆ ਸੀ ਕਿ ਮੂਸੇ ਪਿੰਡ ਜਾਣਾ ਹੈ। ਇਸ ਲਈ ਉਹ ਅੱਜ ਮੂਸੇ ਪਿੰਡ ਸਿੱਧੂ ਦੀ ਹਵੇਲੀ ਆਈਆਂ ਹਨ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਨਾਲ ਕੋਈ ਵੀ ਉਹਨਾਂ ਦਾ ਫੈਮਿਲੀ ਜਾਂ ਬਲੱਡ ਦਾ ਰਿਸ਼ਤਾ ਨਹੀਂ ਹੈ। ਬੇਸ਼ੱਕ ਉਹ ਇਸ ਦੁਨੀਆ ਵਿੱਚ ਨਹੀਂ ਹਨ, ਪਰ ਸਿੱਧੂ ਮੂਸੇਵਾਲਾ ਦੇ ਗਾਣੇ ਦਿਨ ਰਾਤ ਰੇਡੀਓ ਟੀਵੀ 'ਤੇ ਚੱਲਦੇ ਹਨ, ਜਿਸ ਕਰਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਧੂ ਸਾਡੇ ਨਾਲ ਹਨ। ਉਹਨਾਂ ਇਹ ਵੀ ਕਿਹਾ ਕਿ ਸਿੱਧੂ ਦੇ ਮਾਤਾ ਪਿਤਾ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖ਼ਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈੱਬ ਟੀਵੀ ਅਤੇ ਤਾਜ਼ੀ ਖ਼ਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। ਮੈਂ ਆਸਟ੍ਰੇਲੀਆ ਤੋਂ ਆਈ ਅਤੇ ਜਦੋਂ ਵੀ ਆਸਟ੍ਰੇਲੀਆ ਤੋਂ ਤੁਰੀ ਹਾਂ, ਜੇ ਮੈਂ ਆਪਣੇ ਇੰਡੀਆ ਦੇ ਵਿੱਚ ਇੱਕ ਦੋ ਜ਼ਰੂਰੀ ਕੰਮਾਂ ਵਾਸਤੇ ਆਈ ਸੀ ਅਤੇ ਉੱਥੇ ਮੈਂ ਸਭ ਤੋਂ ਪਹਿਲਾਂ ਲਿਖਿਆ ਕਿ ਮੈਂ ਜਿਹੜਾ ਮੇਰਾ ਸਭ ਤੋਂ ਜ਼ਰੂਰੀ ਕੰਮ, ਮੈਂ ਮੂਸੇ ਪਿੰਡ ਜਾਣਾ, ਸਿੱਧੂ ਦੇ ਪਿੰਡ, ਕਿਉਂਕਿ ਸਿੱਧੂ ਨਾਲ ਭਾਵੇਂ ਦੀ ਫੈਮਿਲੀ ਰਿਸ਼ਤਾ, ਕੋਈ ਬਲੱਡ ਦਾ ਰਿਸ਼ਤਾ ਕੁਛ ਨਹੀਂ, ਪਰ ਜੋ ਉਹਦੇ ਨਾਲ ਰਿਸ਼ਤਾ ਸਿਰਫ ਸਾਡੀ ਆਤਮਾ ਨੂੰ ਪਤਾ ਆ ਕਿ ਜਿੱਦਣ ਦਾ ਸਿੱਧੂ ਇਸ ਦੁਨੀਆ 'ਤੇ ਨਹੀਂ ਗਾ, ਜਿੱਦਣ ਦਾ ਵੀ ਪਤਾ ਲੱਗਿਆ ਆ ਘਰ ਦੇ ਵਿੱਚ ਤਕਾਲਾਂ ਸਵੇਰੇ ਸਿੱਧੂ ਦੇ ਗਾਣੇ, ਸਿੱਧੂ ਦੀਆਂ ਵੀਡੀਓ, ਦਿਨ ਦੀ ਸ਼ੁਰੂਆਤ ਵੀ ਸਿੱਧੂ ਦੇ ਗਾਣੇ ਵੀਡੀਓ ਤੋਂ ਹੁੰਦੀ ਆ ਅਤੇ ਸ਼ਾਮ ਵੀ ਸਿੱਧੂ ਦੇ ਗਾਣੇ ਵੀਡੀਓ 'ਤੇ ਖਤਮ ਹੁੰਦੀ ਆ। ਪਰ ਪਤਾ ਨਹੀਂ ਪਰਮਾਤਮਾ ਜਾਣਦਾ ਉਸ ਸੋਨੇ ਵੀਰ ਨਾਲ ਕੀ ਰਿਸ਼ਤਾ ਸੀਗਾ, ਜਿਹੜਾ ਅੱਜ ਵੀ ਇੰਨਾ ਦਰਦ ਹੋ ਰਿਹਾ ਉਹਦਾ ਨਾਮ ਸੁਣ ਕੇ, ਉਹਦੇ ਗਾਣੇ ਸੁਣ ਕੇ, ਕਿ ਜਿਹੜੀ ਦਿਲ ਨੂੰ ਦਰਦ ਪੈਂਦੀ ਹੈ, ਇੱਕ ਸੱਟ ਪੈਂਦੀ, ਉਹ ਸਿਰਫ ਆਤਮਾ ਨੂੰ ਪਤਾ। ਸਿੱਧੂ ਦੇ ਜਿਉਂਦੇ ਜੀ ਮਿਲੇ ਹੋ ਤੁਸੀਂ? ਹਾਂ, ਨਹੀਂ ਬਿਲਕੁਲ ਨਹੀਂ ਮਿਲੇ ਕਦੀ। ਇੱਦਾਂ ਸੀਗਾ ਮੈਨੂੰ ਕਿਹਾ ਵੀ ਕਦੀ ਸਿੱਧੂ ਨੂੰ ਟੱਕਰਾਂਗੇ ਜਾਂ ਕਿੱਦਾਂ, ਪਰ ਅੱਜ ਦਿਲ ਨੂੰ ਦੁੱਖ ਆ ਕਿ ਅੱਜ ਸਿੱਧੂ ਇੱਥੇ ਹੈ ਨਹੀਂ ਗਾ, ਅੱਜ ਅਸੀਂ ਉਹਦੇ ਪਿੰਡ ਉਹਦੇ ਘਰ ਦੇ ਵਿੱਚ ਖੜ੍ਹੇ ਹਾਂ। ਕਾਸ਼ ਜੇ ਸਿੱਧੂ ਅੱਜ ਇੱਥੇ ਹੁੰਦਾ ਤਾਂ ਸਾਨੂੰ ਹੋਰ ਜ਼ਿਆਦਾ ਖੁਸ਼ੀ ਹੁੰਦੀ, ਪਰ ਅਸੀਂ ਇਸ ਟਾਈਮ ਜਿੱਦਾਂ ਇੱਕ ਦੁੱਖ ਦੇ ਨਾਲ ਆਏ ਹੈਗੇ ਉਹਦੇ ਮੰਮੀ ਡੈਡੀ ਨੂੰ ਮਿਲਣ, ਅਤੇ ਇਸ ਕਰਕੇ ਦੁੱਖ ਹੁੰਦਾ ਕਿ ਸ਼ਾਇਦ ਪਰਮਾਤਮਾ ਜੇ ਪਤਾ ਹੁੰਦਾ ਕਿ ਸਿੱਧੂ ਨਹੀਂ ਇਸ ਦੁਨੀਆ 'ਤੇ ਰਹਿਣਾ, ਅਸੀਂ ਪਹਿਲਾਂ ਆ ਜਾਂਦੇ ਕਦੇ। ਸਿੱਧੂ ਦੇ ਮਾਤਾ ਪਿਤਾ ਅੱਜ ਵੀ ਇਨਸਾਫ ਦੇ ਲਈ ਤਰਲੇ ਕਰ ਰਹੇ ਆ, ਪਰ ਦੁੱਖ ਆਇਆ ਸੀ ਜਦੋਂ ਇੰਡੀਆ 'ਚ ਆਣ ਕੇ ਪਤਾ ਲੱਗਿਆ ਕਿ ਉਸਦੇ ਕਾਤਲਾਂ ਨੂੰ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ ਗਈ, ਕਿਸੇ ਨਾਲ ਵੀ ਕੁਛ ਨਹੀਂ, ਪਰ ਦੁੱਖ ਤਕਲੀਫ ਹੋ ਰਹੀ ਆ। ਅਸੀਂ ਸੋਚਦੇ ਕਿ ਅਸੀਂ ਕੀ ਕਰ ਸਕਦੇ ਉਹਦੇ ਮਾਂ ਬਾਪ ਲਈ, ਸੋਚਦੇ ਹਾਂ ਕਿ ਕੁਛ ਵੀ ਕਰ ਸਕੀਏ, ਸਾਡੇ ਹੱਥ ਬਸ ਕੁਛ ਹੈ, ਕੁਛ ਕਰਨਾ ਚਾਹੁੰਦੇ ਹਾਂ, ਕਿਉਂਕਿ ਸਿੱਧੂ ਨਾਲ ਦਿਲੋਂ ਇੱਕ ਮੋਹ ਆ, ਇੱਕ ਰਿਸ਼ਤਾ ਆ। ਅਸੀਂ ਸੋਚਿਆ ਸੀ ਜਦੋਂ ਸਾਡੇ ਬੱਚੇ ਵੱਡੇ ਹੋਣਗੇ ਅਸੀਂ ਸਿੱਧੂ ਦਾ ਅਖਾੜਾ ਲਵਾਉਣਾ, ਸਿੱਧੂ ਦੀ ਸਟੇਜ ਲਵਾਉਣੀ ਅਸੀਂ, ਪਰ ਅੱਜ ਸਿੱਧੂ ਹੈ ਨਹੀਂ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕੈਨੇਡਾ ਦੇ ਰਹਿਣ ਵਾਲੀ ਵੈਨਕੂਵਰ ਸ਼ਹਿਰ ਵਿੱਚ, ਵੈਨਕੂਵਰ ਦੇ ਵਿੱਚ ਐਪਸਪੋਰਟ ਪੈਂਦਾ ਆ, ਉਸ ਸ਼ਹਿਰ ਵਿੱਚ ਰਹਿ ਰਹੀ ਹਾਂ ਮੈਂ। ਜਿਸ ਦਿਨ ਮੈਨੂੰ ਸਵੇਰ ਸੁੱਤਿਆ ਸਾਰ ਮੈਂ ਆਪਣੇ ਫੋਨ 'ਤੇ ਦੇਖਿਆ ਸਿੱਧੂ ਬਾਰੇ, ਮੇਰਾ ਚੜ੍ਹਦਾ ਸੂਰਜ ਛਿਪ ਗਿਆ। ਮੈਂ ਤਾਂ ਮਾਰੀ, ਮੇਰੀ ਬੇਟੀ ਉੱਠ ਕੇ ਆਪਦੇ ਰੂਮ 'ਚੋਂ ਮੇਰੇ ਰੂਮ 'ਚ ਆਈ, ਮੰਮਾ ਕੀ ਹੋਇਆ? ਮੈਂ ਕਿਹਾ ਜਾਸ ਫੋਨ 'ਤੇ ਦੇਖ ਸਿੱਧੂ ਨੂੰ ਕੀ ਹੋਇਆ। ਉਹਨੇ ਜਦੋਂ ਦੇਖਿਆ ਮੇਰੀ ਬੇਟੀ ਨੂੰ ਦੰਦਲ ਪੈ ਗਈ, ਬੋਚ ਹੋ ਕੇ ਡਿੱਗ ਪਈ। ਸਾਡੇ ਘਰ ਵਿੱਚ ਇੱਕ ਕਾਲੀ ਹਨੇਰੀ ਆ ਗਈ। ਸਾਡੀ ਬੇਟੀ ਦੇ ਦੋ ਬੱਚੇ ਛੋਟੇ ਛੋਟੇ ਆ, ਬੇਟਾ 7 ਸਾਲ ਦਾ, ਬੇਟੀ 11 ਸਾਲ ਦੀ, ਉਹ ਵੀ ਸਾਡੀਆਂ ਚੀਕਾਂ ਸੁਣ ਕੇ ਆਪਦੇ ਰੂਮ 'ਚੋਂ ਭੱਜੇ ਆਏ। ਤੁਹਾਨੂੰ ਕੀ ਹੋਇਆ? ਅਸੀਂ ਕਿਹਾ ਸਿੱਧੂ ਮੂਸੇ ਵਾਲੇ ਨੂੰ ਕੁਛ ਹੋ ਗਿਆ। ਮੇਰਾ ਦੋਤਾ ਵੀ ਕਹਿੰਦਾ ਹਾਏ ਮੰਮਾ ਇੱਦਾਂ ਨਾ ਕਿਹਾ, ਸਿੱਧੂ ਨੂੰ ਕੀ ਹੋਇਆ ਆ, ਸਿੱਧੂ ਮੇਰਾ ਫੇਵਰੇਟ ਆ, ਸਾਨੂੰ ਨਹੀਂ ਮੁੜ ਕੇ ਪਤਾ ਰਿਹਾ ਸਾਨੂੰ ਕੀ ਹੋ ਗਿਆ, ਅਸੀਂ ਬੋਝ ਹੋ ਗਈਆਂ ਮਾਮਾ ਧੀਆਂ ਦੋਨੇ। ਹਾਂਜੀ, ਮੈਂ ਪਰਿਵਾਰ ਦੇ ਦਰਸ਼ਨ ਕਰਨ ਆਈ ਹਾਂ, ਸਿੱਧੂ ਮੂਸੇ ਵਾਲੇ ਦੇ ਘਰ ਦੇ ਦਰਸ਼ਨ ਕਰਨ ਆਈ ਹਾਂ। ਮੈਂ ਇੰਨੀ ਅੰਦਰੋਂ ਦੁਖੀ ਹਾਂ, ਮੈਂ ਦੱਸ ਨਹੀਂ ਸਕਦੀ, ਮੇਰੇ ਕੋਲ ਬਿਆਨ ਹੈ ਹੀ ਨਹੀਂ ਕੋਈ ਗੱਲ ਕਰਨ ਵਾਲਾ। ਮੈਨੂੰ ਇੰਨਾ ਸਿੱਧੂ ਦੀ ਮੌਤ ਦਾ ਦੁੱਖ ਆ, ਇੱਕ ਸਿਰਫ ਉਹ ਮੇਰੇ ਪੇਟੋਂ ਜਨਮ ਨਹੀਂ ਲਿਆ ਸੀ, ਮੈਨੂੰ ਉਸ ਬੱਚੇ ਦਾ ਇੰਨਾ ਦੁੱਖ ਆ, ਮੈਨੂੰ ਆਪਣੇ ਬੱਚਿਆਂ ਨਾਲੋਂ ਵੱਧ ਕੇ ਉਹਦੇ ਨਾਲ ਪਿਆਰ ਸੀ। ਮੈਂ ਬਹੁਤ ਦੁਖੀ ਹਾਂ ਇਸ ਟਾਈਮ।
ਸਰਕਾਰ ਦੇ ਮੂਹਰੇ ਹੋਏ ਹੱਥ ਜੋੜਦੀ ਉਹਦੇ ਮਾਂ ਪਿਓ ਨੂੰ ਹਜੇ ਤੱਕ ਇਨਸਾਫ਼ ਨਹੀਂ ਮਿਲਿਆ। ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ ਆ, ਜੇ ਇਨਸਾਫ਼ ਮਿਲੂਗਾ ਗਾਂ ਤੋਂ ਇੱਦਾਂ ਦੀ ਕੋਈ ਗਲਤੀ ਨਾ ਕਰੂਗਾ। ਪਰ ਜਿਹਨਾਂ ਬੰਦਿਆਂ ਨੇ ਗਲਤੀ ਕੀਤੀ ਉਹਨਾਂ ਨੂੰ ਕਦੇ ਵੀ ਪਰਮਾਤਮਾ ਵੀ ਇਨਸਾਫ਼ ਨਹੀਂ ਦੇਵੇਗਾ, ਜਿਹਨਾਂ ਨੇ ਸਿੱਧੂ 'ਤੇ ਇੰਨਾ ਬੁਰਾ ਕਦਮ ਕੀਤਾ ਆ।